ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੱਚਿਆਂ ਨੂੰ ਵਿਰਸੇ, ਸੱਭਿਆਚਾਰ ਅਤੇ ਗੁਰਮਤਿ ਨਾਲ ਜੋੜਨ ਦੇ ਲਈ ਜਿੱਥੇ ਕਈ ਕਾਰਜ ਕੀਤੇ ਜਾ ਰਹੇ ਨੇ, ਉੱਥੇ ਹੀ ਨੌਜਵਾਨ ਬੱਚਿਆਂ ਨੂੰ ਭਾਰਤੀ ਫੌਜ ਦੇ ਵਿੱਚ ਵੱਡੇ ਅਹੁਦੇ ਪਾਉਣ ਦੇ ਸਮਰੱਥ ਬਣਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਸਥਾਪਿਤ ਕੀਤੀ ਗਈ ਹੈ, ਜਿਸ ਦੇ ਵਿੱਚ ਹੁਣ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਟ੍ਰੇਨਿੰਗ ਹਾਸਲ ਕਰ ਸਕਣਗੀਆਂ। ਬੀਤੇ ਦਿਨੀ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਦੇ ਵਿੱਚ ਲੜਕੀਆਂ ਦੇ ਨਵੇਂ ਵਿੰਗ ਦੀ ਸ਼ੁਰੂਆਤ ਮੌਕੇ ਅਕੈਡਮੀ ਦੇ ਸੈਸ਼ਨ 2017 ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਭਾਰਤੀ ਸੈਨਾ ਦੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਸ਼ਾਮਲ ਰਹੇ। ਇਸ ਮੌਕੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਫੌਜ ਦੇ ਵਿੱਚ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦੀ ਘੱਟ ਰਹੀ ਗਿਣਤੀ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ। ਸੋ ਨੌਜਵਾਨ ਬੱਚੇ ਜਾਂ ਪੰਜਾਬ ਤੋਂ ਬਾਹਰਲੇ ਜਾਂ ਬੱਚੇ ਦੂਜੇ ਸੂਬਿਆਂ ਤੋਂ ਆ ਰਹੇ ਨੇ, ਉਹਨਾਂ ਨੂੰ ਰਿਸਪੋਸਟ ਕਰਨ ਵਾਸਤੇ, ਉਹਨਾਂ ਨੂੰ ਬਲਸ਼ਾਲੀ ਬਣਾਉਣ ਵਾਸਤੇ ਔਰ ਉਹਨਾਂ ਦਾ ਭਵਿੱਖ ਜਿਹੜਾ ਉਹ ਉੱਜਲ ਕਰਨ ਵਾਸਤੇ ਐਸੇ ਪ੍ਰੋਗਰਾਮ ਬਣਾਏ ਸ਼੍ਰੋਮਣੀ ਕਮੇਟੀ ਨੇ। ਇਸ ਅਸੀਂ ਸਪੋਰਟਸ ਐਂਡ ਕਲਚਰ ਡਿਪਾਰਟਮੈਂਟ ਖੋਲ੍ਹਿਆ ਤਾਂ ਜੋ ਬੱਚੇ ਖੇਡਾਂ ਦੇ ਮੈਦਾਨ ਵਿੱਚ ਵੀ ਨਾਮਣਾ ਖੱਟ ਸਕਣ, ਔਰ ਜੋ ਪੁਰਾਤਨ ਜੋ ਸੱਭਿਆਚਾਰ ਹੈ ਸਾਡਾ ਅਡਿਚ ਸੱਭਿਆਚਾਰ ਹੈ ਉਹ ਤੋਂ ਇਹ ਤੋਂ ਜਾਣੂ ਹੋ ਸਕਣ। ਔਰ ਇਸੇ ਤਰ੍ਹਾਂ ਜੋ ਇੰਡੀਅਨ ਆਰਮੀ ਹੈ ਜਿਹਦੇ ਕਿਸੇ ਸਮੇਂ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ, ਪਰ ਅਨਫੋਰਚੁਨੇਟਲੀ ਉਹ ਸਾਡਾ ਯੋਗਦਾਨ ਘੱਟਦਾ ਜਾ ਰਿਹਾ, ਉਹਦਾ ਪੂਰਾ ਆਪਣਾ ਯੋਗਦਾਨ ਪਾਉਣ ਵਾਸਤੇ ਔਰ ਬੱਚਿਆਂ ਨੂੰ ਅੱਛੇ ਜਿਹੜੇ ਐਵਨਿਊਜ਼ ਨੇ ਜ਼ਿੰਦਗੀ ਦੇ ਉਹ ਉਹਨਾਂ 'ਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਵਾਂਗ ਹੀ ਇਹ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਚੱਲ ਰਹੀ ਹੈ। ਭਾਰਤੀ ਸੈਨਾ ਦੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਸੈਨਾ ਦੇ ਵਿੱਚ ਅਫਸਰ ਦੇ ਅਹੁਦੇ ਤੇ ਪਹੁੰਚਣਾ ਹਰ ਇੱਕ ਜਵਾਨ ਦਾ ਸੁਪਨਾ ਹੁੰਦਾ ਹੈ ਅਤੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੀ ਪਹਿਲਕਦਮੀ ਕਰ ਰਹੀ ਹੈ। ਕਿ ਇਹ ਜਿਹੜੀ ਆਪਾਂ ਸਟਾਰਟ ਕੀਤੇ ਹੈਗੇ ਪ੍ਰੈਪਰੇਟਰੀ ਇੰਸਟੀਚਿਊਟ ਸਰਕਾਰ ਨੇ ਔਰ SGPC ਨੇ, ਬੜੀ ਅੱਛੀ ਇਨੀਸ਼ੀਏਟਿਵ ਹੈ ਔਰ ਇਹਦੇ ਨਾਲ ਕੀ ਹੋਏਗਾ ਆਪਣੇ ਅਗਲੇ ਜਿਹੜੇ ਬੱਚੇ ਆਉਣਗੇ, ਅਗਲੀ ਪੀੜ੍ਹੀ, ਉਹਨਾਂ ਨੂੰ ਮੌਕਾ ਮਿਲਦਾ ਹੈ ਕੰਪੀਟ ਕਰਨ ਦਾ ਅਤੇ ਜਿਹੜੀ ਆਲ ਇੰਡੀਆ ਸਰਵਿਸਿਸ ਨੇ ਉਹਦੇ ਵਿੱਚ ਜੁਆਇਨ ਕਰਨ ਦਾ। ਅਤੇ ਬਹੁਤ ਅੱਛਾ ਇਨੀਸ਼ੀਏਟਿਵ ਹੈ ਅਤੇ ਆਪਾਂ ਨੂੰ ਇਹਨੂੰ ਹਰ ਤਰ੍ਹਾਂ ਨਾਲ ਸਪੋਰਟ ਕਰਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਇਸ ਅਕੈਡਮੀ ਦਾ ਇੱਕੋ ਮੰਤਵ ਹੈ ਕਿ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਦੇਸ਼ ਦੇ ਵਿੱਚ ਹੀ ਰਹਿ ਕੇ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਦੇਸ਼ ਦੀ ਸੁਰੱਖਿਆ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਨਿਊਜ਼ ਡੈਸਕ ਤੋਂ ਬਲਵੰਤ ਪਾਵਾ ਦੇ ਨਾਲ ਜਗਦੇਵ ਜੱਗਾ, PTC ਨਿਊਜ਼, ਸ਼੍ਰੀ ਫਤਿਹਗੜ੍ਹ ਸਾਹਿਬ। ਇਹ ਜਿਹੜੀ ਆਪਾਂ